ਸਾਡੇ ਇੱਕ ਵਰਕਰ ਦਾ ਚਲੇ ਜਾਣਾ ਪਰਿਵਾਰ ਨੂੰ ਤਾਂ ਬਹੁਤ ਵੱਡਾ ਘਾਟਾ ਪੈਂਦਾ ਹੀ ਹੈ, ਰਿਸ਼ਤੇਦਾਰਾਂ ਨੂੰ, ਮਿੱਤਰ ਦੋਸਤਾਂ ਨੂੰ, ਅਤੇ ਜਿਹੜਾ ਵੱਡਾ ਘਾਟਾ ਜਥੇਬੰਦੀਆਂ ਨੂੰ ਪੈਂਦਾ ਹੈ ਅਤੇ ਜਿਹੜੀ ਜਥੇਬੰਦੀ ਆਗੂ ਹੁੰਦੇ ਨੇ, ਵਰਕਰ ਹੁੰਦੇ ਨੇ, ਉਹਨਾਂ ਨੂੰ ਵੱਡਾ ਘਾਟਾ ਪੈਂਦਾ। ਅਸੀਂ ਪਹਿਲਾਂ ਮਸਾਂ ਵਰਕਰ ਤਿਆਰ ਕਰਦੇ ਹਾਂ, ਫਿਰ ਅਸੀਂ ਮਤਲਬ ਵਰਕਰ ਤੋਂ ਉਹ ਅਗਾਂਹ ਵੱਧ ਕੇ ਲੀਡਰ ਬਣਦਾ, ਲੀਡਰ ਬਣ ਕੇ ਲੋਕਾਂ ਦੀ ਸੇਵਾ ਕਰਦਾ। ਮੈਂ ਸਰਕਾਰ ਤੋਂ ਸੰਯੁਕਤ ਮੋਰਚੇ ਵੱਲੋਂ ਮੰਗ ਕਰਦਾ, ਬੇਨਤੀ ਕਰਦਾ, ਜਿਵੇਂ ਪੰਜਾਬ ਸਰਕਾਰ ਨੇ ਸਾਡੇ ਯੂਪੀ ਦੇ ਕਿਸਾਨਾਂ ਨੂੰ, ਸ਼ਹੀਦਾਂ ਨੂੰ ਮੁਆਵਜ਼ਾ ਦਿੱਤਾ ਸੀਗਾ, ਇਹ ਉਹਦੇ ਨਾਲ ਘਟਨਾ ਜੁੜਦੀ ਹੈ। ਸਰਕਾਰ ਡਰੇ ਨਾ ਵੀ ਅਸੀਂ ਹਿਰਕ ਵਾਸਤੇ ਉਹੀ ਗੱਲ ਮੰਗਾਂਗੇ, ਪਰ ਉਹਦੇ ਨਾਲ ਇਹ ਘਟਨਾ ਜੁੜਦੀ ਹੈ, ਜਿਵੇਂ ਯੂਪੀ ਵਾਲੇ ਸਾਡੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ, ਪੰਜਾਬ ਸਰਕਾਰ ਇਸ ਪਰਿਵਾਰਾਂ ਨੂੰ ਉਸੇ ਤਰੀਕੇ ਨਾਲ ਮੁਆਵਜ਼ਾ ਦੇਵੇ, ਜਿੰਨਾ ਵੀ ਉਹਨਾਂ ਦੇ ਸਿਰ ਕਰਜ਼ਾ ਕਰਜ਼ਾ, ਯੋਗਤਾ ਮੁਤਾਬਕ ਪਰਿਵਾਰ ਨੂੰ ਲਾਜ਼ਮੀ ਨੌਕਰੀ ਦਿੱਤੀ ਜਾਵੇ। ਜਿਵੇਂ ਪ੍ਰਧਾਨ ਜੀ ਐਲਾਨ ਕਰਕੇ ਗਏ ਨੇ ਵੀ ਜੇ ਨਾ ਮੁਆਵਜ਼ਾ ਦਿੱਤਾ ਸੰਘਰਸ਼ ਲੜਾਂਗੇ, ਇਹ ਮਤਲਬ ਸੰਯੁਕਤ ਮੋਰਚਾ ਜੋ ਵੀ ਇਹ ਜਥੇਬੰਦੀ ਗਰਾਹਾਲੀ ਲੜੂਗੀ ਏਕਤਾ, ਉਹ ਸੰਯੁਕਤ ਮੋਰਚਾ ਉਹਦੇ ਨਾਲ ਹੋਊਗਾ, ਵੱਧ ਚੜ੍ਹ ਕੇ ਹਿੱਸਾ ਪਾਊਗਾ, ਸਰਕਾਰ ਤੋਂ ਮੁਆਵਜ਼ਾ ਲੈ ਕੇ ਛੱਡਾਂਗੇ, ਜਿੰਨੀਆਂ ਵੀ ਮੰਗਾਂ ਉਹ ਮਨਾ ਕੇ ਛੱਡਾਂਗੇ। ਅੱਜ ਅਸੀਂ ਨਾਲ, ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਪ੍ਰੈਸ ਦੇ ਸਾਹਮਣੇ, ਜਿਹੜਾ ਸਾਡੇ ਨਰਮੇ ਦਾ ਨੁਕਸਾਨ ਹੋਇਆ, ਸਰਕਾਰ ਘੱਟੋ ਘੱਟ ਜਿਹੜਾ ਉਹਨੇ ਐਲਾਨ ਕੀਤਾ ਵੀ ਮੈਂ ਇੰਨੇ ਰੁਪਈਏ ਦੇਣੇ ਨੇ, ਉਹਦਾ ਟੋਟਲ ਨਰਮੇ ਨੂੰ ਪਾਵੇ, ਗਾਹਾਂ ਸਾਡੇ ਤਾਕਤੋਂ ਹੀ ਲੜ ਕੇ ਅਸੀਂ ਵੱਧ ਲੈ ਲਾਂਗੇ, ਉਹ ਸਰਕਾਰ ਨੂੰ ਪਾਉਣਾ ਦੇਣਾ ਚਾਹੀਦਾ। ਉਹ 'ਚ ਐਂ ਨਹੀਂ ਦੇਖਣਾ ਚਾਹੀਦਾ ਕਿ ਪ੍ਰਸੈਂਟ ਮਰਿਆ ਕਿ ਮਰਿਆ, ਉਹਦਾ ਸਾਰਾ ਕੁਝ ਕਰਨਾ, ਜਿੱਥੇ ਵੀ ਝੋਨੇ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਦੇਵੇ। ਅੱਜ ਵੱਡੀ ਜੇ ਕਹਿ ਦਈਏ ਲੋਕ ਇਕੱਠੇ ਹੋਏ ਨੇ, ਜਨਤਾ ਸਾਰੀਆਂ ਜਥੇਬੰਦੀਆਂ ਦੇ ਲੀਡਰ ਆਏ ਨੇ, ਘਾਟਾ ਸਾਨੂੰ ਵੱਡਾ ਪਿਆ, ਸਾਡੀਆਂ 3 ਔਰਤਾਂ ਹਜੇ ਔਰਤ ਮਸਾਂ ਜਥੇਬੰਦੀ ਦੇ ਵਿੱਚ ਆਉਂਦੀ ਹੈ, ਮਸਾਂ ਉਹ ਆਗੂ ਬਣਦੀ ਹੈ, ਮਸਾਂ ਉਹ ਵਰਕਰ ਬਣਦੀ ਹੈ। ਖਾਸ ਕਰਕੇ ਜੇ ਕਹਿ ਜੀ ਸੰਯੁਕਤ ਮੋਰਚੇ ਨੂੰ ਵੱਡਾ ਘਾਟਾ ਪਿਆ ਸਾਡੀਆਂ ਇਹ 3 ਭੈਣਾਂ ਦੇ ਜਾਣ ਕਰਕੇ, ਇੰਨੇ ਕਹਿੰਦਾ ਮੈਂ ਫਤਿਹ ਬੁਲਾਉਣਾ, ਵਾਹਿਗੁਰੂ ਜੀ ਕਾ ਖਾਲਸਾ। ਪ੍ਰਧਾਨ ਜੀ ਮੌਜੂਦਾ ਸਥਿਤੀ ਥੋੜ੍ਹਾ ਮੌਜੂਦਾ ਸਥਿਤੀ ਸ਼ਾਂਤਮਈ ਅੰਦੋਲਨ ਚੱਲਦਾ, ਅਫਵਾਹਾਂ ਨੇਗੀਆਂ, ਪ੍ਰੈਸ ਵੀ ਜ਼ਿਆਦਾ ਚੱਕਦੀ ਹੈ, ਇਹ ਇੰਨੇ ਦਿਨਾਂ 'ਚ ਨਿਬੜ ਜੂ, ਇੰਨੇ ਦਿਨ ਮੈਂ ਇੱਕ ਪਹਿਲਾਂ ਉਦੋਂ ਇੰਟਰਵਿਊ ਤੋਂ ਕਹਿਤਾ ਸੀ, ਜਦੋਂ ਪਹਿਲਾਂ ਕਹਿੰਦੀ ਵੀ ਦਿਵਾਲੀ ਵੇਲੇ ਨਿਬੜ ਜੂ, ਮੈਂ ਨਹੀਂ, ਲੋਕਾਂ ਨੂੰ ਉਤਸ਼ਾਹ ਕਰਕੇ ਮਤਲਬ ਫਿਰ ਉਹਨਾਂ ਮਨੋਬਲ ਸੁੱਟਣਾ ਹੁੰਦਾ ਹੈ। ਕਈ ਨੇ ਤਾਂ ਇਹ ਕਹਿਤਾ ਸੀ ਘਰੇ ਜਾ ਕੇ ਦੀਵੇ ਮੱਚਣਗੇ, ਪ੍ਰੈਸ ਵੀ ਕਹਿੰਦੀ ਸੀ, ਕੋਈ ਜਿਹੜੇ ਸਾਡੇ ਸਮਝ ਘੱਟ ਰੱਖਦੀ ਵਰਕਰ ਜਾਂ ਲੀਡਰ ਉਹ ਵੀ ਕਹਿੰਦੇ ਸੀਗੇ, ਮੈਂ ਉਦੋਂ ਹੀ ਕਹਿਤਾ ਸੀ, ਮੈਂ ਨਹੀਂ, ਇੱਕ ਬੰਦਾ ਜੇਲ੍ਹ 'ਚ ਜੇ ਉਹਨੂੰ ਕਹਿੰਦੇ ਵੀ ਤੁਹਾਡੀ ਚੌਥੇ ਉੱਤੇ ਜਮਾਨਤ ਹੋ ਜੂ, ਅਤੇ ਜਮਾਨਤ ਨਾ ਹੋਵੇ ਕਿੰਨਾ ਮਨੋਬਲ ਡਿੱਗਦਾ, ਇਵੇਂ 'ਚ ਕੋਈ ਸਾਡਾ ਮਨੋਬਲ ਸੁੱਟਦੇ ਨੇ, ਸਾਡੀ ਸਿਹਤ 'ਤੇ ਕੋਈ ਅਸਰ ਨਹੀਂ। ਅਸੀਂ 22 ਤੱਕਰ ਬੈਠਣ ਨੂੰ ਵੀ ਤਿਆਰ ਹਾਂ, ਅਸੀਂ 24 ਤੱਕਰ ਵੀ ਬੈਠਣ ਨੂੰ ਤਿਆਰ ਹਾਂ, ਸਾਰੀਆਂ ਜਥੇਬੰਦੀਆਂ ਦਿਨ ਰਾਤ ਦਿਨ ਬੈਠੀਆਂ ਬੈਠਾਂਗੇ, ਜਿੰਨਾ ਚੱਕਰ ਮੰਗਾਂ ਨਹੀਂ ਮੰਨਦੀਆਂ ਵਾਪਸ ਨਹੀਂ।